dear students good morning this is the slide of the day for section a chapter 4 liberty and discipline let us discuss all the objective type questions question number 1 the british are dash when it comes to most of the things the british are divided or united the right answer is ਯੂਨਾਈਟਿਡ ਬ੍ਰਿਟੇਨ ਦੇ ਲੋਕ ਜ਼ਿਆਦਾਤਰ ਮੁੱਦਿਆਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਖੜੇ ਰਹਿੰਦੇ ਨੇ ਨੰਬਰ 2 ਡਿਸਪਲਨ ਇਜ਼ ਅ ਰਿਸਟ੍ਰੇਨ ਔਨ ਡੈਸ਼ ਲਿਬਰਟੀ ਔਰ ਸਲੇਵਰੀ ਅਨੁਸ਼ਾਸਨ ਆਜ਼ਾਦੀ ਦੇ ਉੱਤੇ ਰੋਕ ਹੈ ਰਿਸਟ੍ਰੇਨ ਮੀਨਸ ਰੋਕ ਐਂਡ ਦ ਵਰਡ ਹੇਅਰ ਇਜ਼ ਲਿਬਰਟੀ ਡਿਸਪਲਨ ਇਜ਼ ਅ ਰਿਸਟ੍ਰੇਨ ਔਨ ਲਿਬਰਟੀ ਨੰਬਰ 3 ਡਿਸਪਲਨ ਇਜ਼ ਡੈਸ਼ ਫਾਰ ਮਾਡਰਨ ਮੈਨ ਅਵੋਇਡੇਬਲ ਔਰ ਅਨਅਵੋਇਡੇਬਲ ਅਨੁਸ਼ਾਸਨ ਆਧੁਨਿਕ ਮਨੁੱਖ ਲਈ ਬਹੁਤ ਜ਼ਰੂਰੀ ਚੀਜ਼ ਹੈ ਇਸ ਤੋਂ ਬਿਨਾ ਅਸੀਂ ਰਹਿ ਨਹੀਂ ਸਕਦੇ ਸੋ ਦਾ ਰਾਈਟ ਆਨਸਰ ਇਜ਼ ਅਨਅਵੋਇਡੇਬਲ ਜਿਸ ਨੂੰ ਅੱਖੋਂ ਪਰੋਖੇ ਨਾ ਕੀਤਾ ਜਾ ਸਕੇ Next question Who saluted the author? Options are his friend, a colonel, a private soldier, a sergeant. The right answer is a private soldier. Kisne salute kitasi Salut Kitasi. Number five. Discipline begins with the dash soldiers, officers, workers, teachers the right answer is officers very good jo anushasan hai woh afsaron to niche wale nu janda hai agar leader ya afsar hi anushasan ch nahi hoyega to hor koi bhi anushasan ch nahi hoyega number 6 the leader can build the leadership of his team on the discipline of dash traffic office understanding soldiers yes right answer is understanding ਕੋਈ ਵੀ ਆਗੂ ਹੈ ਜਿਹੜਾ ਉਹ ਲੋਕਾਂ ਨੂੰ ਕਿਵੇਂ ਅੱਗੇ ਲਿਜਾ ਸਕਦਾ ਹੈ ਸਮਝਬੂਝ ਨਾਲ ਚੱਲੇ ਉਹਨਾਂ ਦੀ ਆਪਸੀ ਸਮਝਬੂਝ ਹੀ ਉਹਨਾਂ ਨੂੰ ਵਧੀਆ ਟੀਮ ਵਰਕ ਕਰਨ 'ਚ ਮਦਦ ਕਰਦੀ ਹੈ ਕੁਐਸਚਨ ਨੰਬਰ 7 ਹੂ ਇਜ਼ ਦ ਰਾਈਟਰ ਆਫ ਦ ਚੈਪਟਰ ਲਿਬਰਟੀ ਐਂਡ ਡਿਸਿਪਲਨ ਆਨਸਰ ਵਿਲੀਅਮ ਸਲੀਮ ਇਸ ਪਾਠ ਦੇ ਲੇਖਕ ਕੌਣ ਹਨ ਵਿਲੀਅਮ ਸਲੀਮ ਨੰਬਰ 8 ਵੀ ਕੈਨ ਹੈਵ ਲਿਬਰਟੀ ਵਿਦਆਊਟ ਡਿਸਿਪਲਨ ਟਰੂ অর ਫਾਲਸ yes false ਅਸੀਂ ਬਿਨਾਂ ਅਨੁਸ਼ਾਸਨ ਤੋਂ ਆਜ਼ਾਦੀ ਦਾ ਆਨੰਦ ਮਾਣ ਸਕਦੇ ਹਾਂ ਬਿਲਕੁਲ ਵੀ ਨਹੀਂ ਇਹ ਗਲਤ ਹੈ ਨੰਬਰ 9 ਟੋਟਲਿਟੇਰੀਅਨ ਡਿਸਪਲਿਨ ਇਜ਼ ਡੈਲੀਬਰੇਟਲੀ ਡਿਜ਼ਾਈਨਡ ਟੂ ਸਬਮਰਜ ði ਇੰਡੀਵਿਜੂਅਲ ਟਰੂ অর ਫਾਲਸ ਟਰੂ ਜਦੋਂ ਅਸੀਂ ਕਿਸੇ ਅਜਿਹੇ ਡਿਸਪਲਿਨ ਦੀ ਗੱਲ ਕਰਦੇ ਹਾਂ ਕਿਸੇ ਅਜਿਹੇ ਅਨੁਸ਼ਾਸਨ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਕਿਸੇ ਇੱਕ ਵਿਅਕਤੀ ਕੋਲ ਹੀ ਸਾਰੇ ਅਧਿਕਾਰ ਹੁੰਦੇ ਹਨ ਤਾਨਾशाही ਅਨੁਸ਼ਾਸਨ ਜਿਹੜਾ ਹੁੰਦਾ ਹੈ ਉਹ ਕਿਸੇ ਇੱਕ ਵਿਅਕਤੀ ਦੀ ਹੋਂਦ ਮਿਟਾਉਣ ਲਈ ਹੁੰਦਾ ਹੈ ਇਹ ਸੱਚ ਹੈ ਨੰਬਰ 10 ਡਿਸਪਲਿਨ ਇਜ਼ ਬਾਈਂਡਿੰਗ ਔਨ ਆਲ ਫਰੋਮ ਟੌਪ ਟੂ ਬਾਟਮ ਟਰੂ অর ਫਾਲਸ ਅਨੁਸ਼ਾਸਨ ਜਿਹੜਾ ਹੈ ਉਹ ਸਭ ਤੋਂ ਉੱਪਰਲੀ ਪੋਸਟ ਤੋਂ ਲੈ ਕੇ ਸਭ ਤੋਂ ਥੱਲੇ ਵਾਲੀ ਪੋਸਟ ਤੱਕ ਸਾਰਿਆਂ ਨੂੰ ਆਪਸ ਵਿੱਚ ਜੋੜ ਦਿੰਦਾ ਹੈ ਸੱਚ ਕਿ ਝੂਠ ਟਰੂ ਇਹ ਸੱਚ ਹੈ ਥੈਂਕ ਯੂ ਸੋ ਮਚ ਡੀਅਰ ਸਟੂਡੈਂਟਸ ਹੈਵ ਅ ਵੈਰੀ ਨਾਈਸ ਡੇ ਐਂਡ ਯੂ ਸ਼ੁੱਡ ਨੋਟ ਡਾਊਨ ਆਲ ਥੀਸ ਕੁਐਸਚਨ ਆਨਸਰਸ ਇਨ ਯੂਅਰ ਨੋਟਬੁਕਸ